ਤੁਹਾਨੂੰ ਪਤਾ ਹੈਗਾ ਕਿ ਇੱਕ ਗਨ ਪੁਆਇੰਟ ਤੇ ਕਾਰ ਸਨੈਚਿੰਗ ਦੀ ਵਾਰਦਾਤ ਰਿਪੋਰਟ ਹੋਈ ਸੀਗੀ 2 ਤਾਰੀਖ ਨੂੰ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੇ ਏਰੀਆ ਵਿੱਚ। ਇਹਦੇ ਸੰਬੰਧ ਵਿੱਚ ਜਿਹੜਾ ਇਨੀਸ਼ੀਅਲੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜਾ ਦੋਸ਼ੀ ਹੈਗਾ ਉਹਨੇ ਕਾਰ ਰੈਂਟ ਲਿੱਤੀ ਸੀਗੀ ਸਿਰਸੇ ਤੋਂ ਅਤੇ ਸਿਰਸੇ ਤੋਂ ਫਿਰ ਸੁਨਾਮ ਵਾਸਤੇ ਜਿਹੜਾ ਹੈਗਾ ਉਹ ਟੈਕਸੀ ਕਰਕੇ ਆਇਆ ਅਤੇ ਸੁਨਾਮ ਆ ਕੇ ਉਹਨੇ ਇੱਕ ਪਿਸਤੌਲ ਨੁਮਾ ਜਿਹੜਾ ਹੈਗਾ ਹਥਿਆਰ ਦੀ ਨੋਕ 'ਤੇ ਉਹ ਗੱਡੀ ਉੱਥੇ ਖੋਹ ਕੀਤੀ। ਖੋਹ ਕਰਕੇ ਫਿਰ ਜਿਹੜਾ ਹੈਗਾ ਉਹ ਉੱਥੋਂ ਬਚਿਆ ਹੈਗਾ ਅਤੇ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਜਦੋਂ ਪੁਲਿਸ ਨੂੰ ਰਿਪੋਰਟ ਕੀਤਾ ਨਾਲ ਹੀ ਸਾਰੇ ਪੁਲਿਸ ਪਾਰਟੀਆਂ ਨੂੰ ਅਲਰਟ ਕੀਤਾ ਗਿਆ, ਸਾਰੇ ਜ਼ਿਲ੍ਹਿਆਂ ਦੀ ਪੁਲਿਸ ਪਾਰਟੀਆਂ ਨੂੰ ਅਲਰਟ ਕੀਤਾ ਗਿਆ, ਈਵਨ ਕਿ ਹਰਿਆਣੇ ਤੱਕ ਅਲਰਟ ਕੀਤਾ ਗਿਆ। ਅਤੇ ਉਸ ਤੋਂ ਬਾਅਦ ਸਾਡੀ ਡਿਫਰੈਂਟ ਡਿਫਰੈਂਟ ਟੀਮ ਨੇ ਵੱਖਰੇ ਵੱਖਰੇ ਟਾਈਮ 'ਤੇ ਮੌਕਾ ਵਿਜਿਟ ਕੀਤਾ। ਇਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਹੈਗੀ ਇਹਨੂੰ ਬੜਾ ਕੋਆਰਡੀਨੇਟਡ ਤਰੀਕੇ ਨਾਲ ਅੱਗੇ ਕੈਰੀ ਫੋਰਵਰਡ ਕੀਤਾ ਅਤੇ ਬਾਅਦ 'ਚ ਸਾਨੂੰ ਅੱਗੇ ਤੋਂ ਅੱਗੇ ਕਲਿਊ ਮਿਲਦੇ ਗਏ ਅਤੇ ਦੋਸ਼ੀ ਦੀ ਪਛਾਣ ਜਿਹੜੀ ਹੈਗੀ ਉਹ ਧੂਰੀ ਦੇ ਇੱਕ ਰਵੀ ਨਾਮ ਦੇ ਵਿਅਕਤੀ ਵਜੋਂ ਹੋਈ। ਅਤੇ ਉਸ ਤੋਂ ਬਾਅਦ ਸਾਡੀ ਟੀਮਸ ਨੇ ਸਪੈਸੀਫਿਕ ਇਨਪੁੱਟਸ ਦੇ ਆਧਾਰ 'ਤੇ ਵੱਖਰੇ ਵੱਖਰੇ ਥਾਵਾਂ 'ਤੇ ਰੇਡ ਕੀਤਾ ਅਤੇ ਰੇਡ ਕਰਨ ਤੋਂ ਬਾਅਦ ਜਿਹੜਾ ਹੈਗਾ ਆ ਵਿਅਕਤੀ ਜਿਹੜਾ 48 ਆਵਰਸ ਦੇ ਅੰਦਰ ਅੰਦਰ ਸਮੇਤ ਕਾਰ ਗ੍ਰਿਫਤਾਰ ਕੀਤਾ ਗਿਆ ਸਾਡੀ ਟੀਮ ਤੋਂ। ਆ ਜਿਹੜਾ ਹੈਗਾ ਆ ਵਿਅਕਤੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਤਲਬ ਘਰੇ ਨਹੀਂ ਰਹਿੰਦਾ ਆਪਣੇ, ਬਾਹਰ ਘਰ ਤੋਂ ਬਾਹਰ ਬੇਘਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਵੀ ਘੁੰਮਦਾ ਫਿਰਦਾ ਰਹਿੰਦਾ ਹੈਗਾ, ਘੁੰਮੱਕੜ ਟਾਈਪ ਦਾ ਬੰਦਾ ਹੈਗਾ ਅਤੇ ਵੱਖਰੇ ਵੱਖਰੇ ਡੇਰਿਆਂ 'ਚ ਆ ਵਿਜਿਟ ਕਰਦਾ ਰਹਿੰਦਾ ਹੈਗਾ, ਰੈਂਡਮ ਵਿਜਿਟ ਕਰਦਾ। ਜਿੱਦਾਂ ਅੱਜ ਇੱਕ ਡੇਰੇ 'ਚ ਚਲਾ ਗਿਆ, ਕੱਲ੍ਹ ਦੂਜੇ 'ਚ, ਪਰਸੋਂ ਤੀਜੇ 'ਚ, ਇਹਨੇ ਆਪਣਾ ਉਹ ਸਰਕਲ ਜਿਹਾ ਬਣਾਇਆ ਹੋਇਆ ਹੈਗਾ, 5-7-10 ਦਿਨ ਬਾਅਦ ਇੱਕ ਦੂਜੇ ਡੇਰੇ 'ਚ ਵਾਪਸ ਪਹੁੰਚ ਜਾਂਦਾ ਹੈਗਾ ਅਤੇ ਉਸੇ ਤਰੀਕੇ ਨਾਲ ਆਪਣਾ ਸਾਰਾ ਜੀਵਨ ਯਾਪਨ ਕਰਦਾ ਹੈਗਾ। ਅਤੇ ਆ ਸਿਰਸਾ ਜਿਹੜਾ ਹੈਗਾ ਇੱਕ ਡੇਰੇ ਦੇ ਉੱਤੇ ਗਿਆ ਹੋਇਆ ਸੀਗਾ, ਉਸ ਤੋਂ ਡੇਰੇ ਤੋਂ ਬਾਅਦ ਬਾਹਰ ਨਿਕਲ ਕੇ ਇਹਨੇ ਜਿਹੜਾ ਹੈਗਾ ਇੱਕ ਆਟੋ ਵਾਲੇ ਤੋਂ ਪਹਿਲਾਂ ਕਿਹਾ ਕਿ ਮੈਨੂੰ ਸੁਨਾਮ ਛੱਡ ਦਿਓ। ਆਟੋ ਵਾਲੇ ਨੇ ਜਦੋਂ ਕਿਹਾ ਕਿ ਮੈਂ ਟੈਕਸੀ ਕਰਾ ਦੇਣਾ, ਇਹਨੇ ਟੈਕਸੀ ਕਰਵਾਈ ਅਤੇ ਟੈਕਸੀ ਲੈ ਕੇ ਫਿਰ ਉੱਥੋਂ ਸਿਰਸੇ ਤੋਂ ਸੁਨਾਮ ਆਇਆ। ਅਤੇ ਇਨ ਬਿਟਵੀਨ ਰਸਤੇ 'ਚ ਇਹਨੇ ਪਲਾਨ ਕੀਤਾ ਜਿਹੜੇ ਟੈਕਸੀ ਕਾਰ ਦਾ ਡਰਾਈਵਰ ਅਤੇ ਉਹਦਾ ਸਾਥੀ ਸੀਗਾ ਉਹਨਾਂ ਤੋਂ ਕਾਰ ਖੋਹਣ ਦਾ। ਵਿੱਕੀ 'ਚ ਆ ਕੇ ਇਹਨੇ ਖਿਲੌਣਾ ਦਾ ਪਿਸਤਲ ਇੱਕ ਟੋਏ ਸ਼ੋਪ ਤੋਂ ਬਾਈ ਕੀਤਾ, ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਸੁਨਾਮ ਆ ਕੇ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਹੜਾ ਅਸੀਂ ਪੁੱਛਤਾਛ ਕੀਤੀ ਹੈਗੀ ਜਿਹੜੀ ਸ਼ੋਪ ਤੋਂ, ਉੱਥੋਂ 100 ਰੁਪਏ ਦਾ ਇਹਨੇ ਖਿਡੌਣਾ ਪਿਸਤੌਲ ਲਿੱਤਾ। ਉੱਥੇ ਆ ਕਹਿ ਕੇ ਇਹਨੇ ਲਿੱਤਾ ਕਿ ਵੀ ਮੇਰਾ ਬੱਚਾ ਬਾਹਰ ਰੋ ਰਿਹਾ ਹੈਗਾ ਅਤੇ ਮੈਨੂੰ ਜਲਦੀ ਜਿਹੜਾ ਹੈਗਾ ਪਿਸਤੌਲ ਦੇ ਦਿਓ। ਅਤੇ ਉਸ ਤੋਂ ਬਾਅਦ ਇਹਨੇ ਜਿਹੜਾ ਹੈਗਾ ਇਹਦਾ ਕਵਰ ਵਗੈਰਾ ਉੱਥੇ ਹੀ ਫੈਂਕਤਾ ਅਤੇ ਪਿਸਤੌਲ ਆਪਣੇ ਥੈਲੇ 'ਚ ਪਾ ਲਿਆ। ਹਾਂ, ਇਸ ਤੋਂ ਬਾਅਦ ਜਿਹੜਾ ਇਨਵੈਸਟੀਗੇਸ਼ਨ ਜਿਹੜਾ ਅਸੀਂ ਕੈਰੀ ਔਨ ਕਰ ਰਹੇ ਸੀਗੇ ਉਦੋਂ ਪਤਾ ਲੱਗਿਆ ਕਿ ਆਹ ਵਿਅਕਤੀ ਨੇ ਜਿਹੜਾ ਹੈਗਾ ਖੋਹ ਕਰਨ ਦੇ ਨਾਲ ਅਗਲੇ ਦਿਨ ਜਿਹੜਾ ਇਹਦੀ ਇੱਕ ਪੈਟਰੋਲ ਪੰਪ ਤੋਂ 3000 ਰੁਪਏ ਦਾ ਪੈਟਰੋਲ ਪਵਾਇਆ ਧੂਰੀ ਤੋਂ ਅਤੇ ਉੱਥੋਂ ਫਿਰ ਬਿਨਾਂ ਪੈਸੇ ਦੇ ਗੱਡੀ ਵਜਾ ਕੇ ਲੈ ਗਿਆ, ਜਿਹਦੇ ਸੰਬੰਧ 'ਚ ਇੱਕ ਮੁਕੱਦਮਾ ਵੱਖਰਾ ਦਰਜ ਕੀਤਾ ਗਿਆ ਹੈਗਾ ਧੂਰੀ ਥਾਣੇ ਵਿੱਚ। ਅਤੇ ਉਸ ਤੋਂ ਬਾਅਦ ਆ ਕੇ ਫਰਦਰ ਸਾਨੂੰ ਜਿਹੜੀ ਲੀਡਸ ਮਿਲੀ ਉਹਦੇ ਆਧਾਰ 'ਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਆਧਾਰ 'ਤੇ ਆ ਚੀਜ਼ ਆਈ ਹੈਗੀ ਕਿ ਆ ਪਿਛਲੇ ਕੁਛ ਸਾਲਾਂ ਤੋਂ ਆ ਵਿਅਕਤੀ ਜਿਹੜਾ ਹੈਗਾ ਉਹ ਡਰੱਗ ਐਡਿਕਟ ਹੈਗਾ।